ਜਾਣਦੇ ਹੋ ਤੁਸੀਂ ਸ਼ਿਵਲਿੰਗ ਹੈ ਕੀ? ਕਿਤੇ ਤੁਸੀਂ ਵੀ ਸ਼ਿਵਲਿੰਗ ਨੂੰ ਸ਼ਿਵ ਦਾ ਲਿੰਗ ਤਾਂ ਨਹੀਂ ਸਮਝਦੇ? ਉਹ ਸ਼ਿਵ ਜੀ ਦਾ ਨਾਮ ਹੈ, ਸ਼ਿਵ ਜੀ ਦਾ ਪ੍ਰਕਾਰ ਹੈ, ਸ਼ਿਵ ਜੀ ਦੀ ਉਤਪਤੀ ਹੈ, ਸ਼ਿਵ ਜੀ ਦੀ ਤਾਕਤ ਹੈ, ਠੀਕ ਹੈ ਨਾ? ਇਸ ਕਰਕੇ ਉਹਨੂੰ ਸ਼ਿਵ ਜੀ ਨੂੰ ਲਿੰਗ ਨਾਲ ਸਥਾਪਿਤ ਕਰਨਾ ਹੀ ਜਿਹੜਾ ਸੋਚਦਾ ਉਹ ਬਹੁਤ ਬੜਾ ਮੂਰਖ ਔਰ ਅਗਿਆਨੀ ਹੈ, ਇਹ ਬਹੁਤ ਗਲਤ ਸੋਚ ਹੈ। ਸ਼ਿਵਲਿੰਗ ਤੇ ਦੁੱਧ ਚੜਾਤਾ, ਦੁੱਧ ਚੜਾਉਣ ਤੋਂ ਬਾਅਦ ਉਹ ਦੁੱਧ ਜਾਂਦਾ ਕਿੱਥੇ? ਨਾਲੀਆਂ ਦੇ ਵਿੱਚ ਬਹਿੰਦਾ ਹੈ। ਕੀ ਲੱਗਦਾ ਹੈ ਕਿ ਹਾਂ, ਕੀ ਲੱਗਦਾ ਹੈ ਕਿ ਉਸ ਕਿਤੇ ਉਸਦਾ ਯੂਜ ਕਰਨਾ ਚਾਹੀਦਾ ਹੈ? ਇਹ ਲੋਕਾਂ ਦੀ ਭੇਡ ਚਾਲ 'ਚ ਨਾ ਉਹ ਕਿ ਗਰੀਬ ਨੂੰ ਦਾਨ ਕਰਦੇ, ਜੇ ਦਾਨ ਕਰਦੇ ਉਹਦੇ ਲਈ ਅਲੱਗ ਹੈ, ਕੋਈ ਮੇਰੀ ਚੀਜ਼ ਮੈਂ ਜਿੱਥੇ ਮਰਜ਼ੀ ਕਰਾਂ, ਠੀਕ ਹੈ, ਉਹ 'ਚ ਸਾਰੇ ਗਿਆਨ ਦੇ ਨਾਲ। ਅਤੇ ਸ਼ਿਵਲਿੰਗ ਦੀ ਪੂਜਾ ਕਰਦੇ ਨੇ ਲੋਕ ਤਾਂ ਉਹਨਾਂ ਨੂੰ ਸਭ ਕੁਛ ਮਿਲ ਜਾਂਦਾ, ਕੀ ਇਹ ਸੱਚ ਹੈ? ਪਰਮਾਤਮਾ ਸ਼ਿਵ ਜੀ ਦੀ ਉਪਾਸਨਾ ਸਭ ਤੋਂ ਜ਼ਿਆਦਾ ਆਸਾਨ ਹੈ, ਠੀਕ ਹੈ। ਜਿਹੜਾ ਪੱਤੇ ਨਾਲ ਚੜ੍ਹਾ ਕੇ ਖੁਸ਼ ਹੋ ਜਾਂਦਾ, ਜਿਹਨੂੰ ਆਪਾਂ ਬੇਲ ਪੱਤਾ ਕਹਿ ਦਿੰਦੇ, ਚੜ੍ਹਾ ਕੇ ਜਿਹੜਾ ਉਹਨਾਂ ਖੁਸ਼ ਹੋ ਜਾਏ, ਉਹ ਸ਼ਿਵ ਹੈ। ਸ਼ਿਵਲਿੰਗ ਦੀ ਇੱਕ ਬੜੀ ਅੱਛੀ ਖਾਸੀਅਤ, ਜੋ ਤੁਹਾਡੇ ਮਨੋਭਾਵ ਹੈ ਉਹ ਵੀ ਕਰੋਗੇ ਉਹਨੇ, ਤਾਂ ਵੀ ਉਹਨਾਂ ਨੇ ਖੁਸ਼ੀ ਹੋਣਾ। ਤੁਸੀਂ ਫੋਟੋਆਂ ਜਗ੍ਹਾ ਜਗ੍ਹਾ ਪੋਸਟਰਾਂ ਦੇਖਿਆ ਹੋਣਾ ਕਿ ਸ਼ਿਵ ਜੀ ਨੂੰ ਭੰਗ ਵਾਲਾ ਬਣਾਤਾ, ਸ਼ਿਵ ਜੀ ਨੇ ਸ਼ਿਵ ਜੀ ਨੇ ਜ਼ਹਿਰ ਵੀ ਪੀਤਾ ਸੀ, ਜ਼ਹਿਰ ਨਹੀਂ ਪੀਣਾ, ਠੀਕ ਹੈ ਕਿ ਨਹੀਂ? ਜਿਹੜੀ ਜਿਹੜੀ ਸੀ ਸਾਡੇ ਮੁਤਾਬਿਕ, ਅਸੀਂ ਉਹ ਚੀਜ਼ ਕਰਨਾ। ਥੋੜ੍ਹੇ ਜਿਹੇ ਆਪਣੇ ਗਲਤ ਅਸਮਾਜਿਕ ਤੱਤ ਨੇ ਨਾ, ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਸ਼ਿਵ ਜੀ ਦਾ ਨਾਮ ਲੈਣ ਨੂੰ ਬਦਨਾਮ ਕੀਤਾ ਪਿਆ, ਔਰ ਉਹਦੇ ਵਿੱਚ ਵੀ ਸਾਡੇ ਪੜ੍ਹੇ ਲਿਖੇ ਲੋਕ ਉਹ 'ਚ ਜ਼ਿਆਦਾ ਆਗੂ ਹੋਏ ਬਣੇ, ਉਹ ਪਹਿਲਾਂ ਉਹ 'ਚ ਕੰਟਰੋਵਰਸੀ ਨਹੀਂ ਸ਼ਿਵ ਜੀ ਦਾ ਇੱਦਾਂ। ਕਿਵੇਂ ਯੂਥ ਜਿਹੜਾ ਉਸ ਵੱਲ ਭੱਜ ਰਿਹਾ, ਨਾਮ ਭੋਲੇਨਾਥ ਦਾ ਦਿੰਦੇ ਨੇ ਅਤੇ ਉਸ ਤੋਂ ਬਾਅਦ ਲੈ ਕਿਤੇ ਹੋਰ ਜਾਂਦੇ ਨੇ, ਕਿ ਲੱਗਦਾ ਨਹੀਂ ਵੀ ਕਲਯੁੱਗ ਦੇ ਵਿੱਚ ਵੀ ਜਿਹੋ ਜਿਹਾ ਕਿਹਾ ਸੀ ਮਹਾਂਪੁਰਸ਼ਾਂ ਨੇ ਉਹੀ ਚੀਜ਼ਾਂ ਆ ਗਈਆਂ? ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਦਾ, ਜੇ ਪਰਮਾਤਮਾ ਹੈ ਤਾਂ ਰਾਕਸ਼ਸ ਵੀ ਹੈ, ਜੇ ਅੱਛੀ ਹੈ ਤਾਂ ਬੁਰਾਈ ਵੀ ਹੈ, ਜੇ ਦੇਵਤਾ ਨੇ ਤਾਂ ਭੂਤ ਪ੍ਰੇਤ ਵੀ ਨੇ, ਸਭ ਸਾਬਿਤ ਨੇ। ਉਹ ਕੁਛ ਸਮਾਜਿਕ ਤੱਤ ਨੇ ਜਿਹੜੇ ਕੁਛ ਸਮਾਜ ਨੂੰ ਗੰਦਾ ਕਰੀ ਜਾਂਦੇ ਨੇ। ਆਹ ਜਿਹੜਾ ਨਸ਼ੇ ਆ ਸੀ ਉਹਨੂੰ ਪਰਮਾਤਮਾ ਨਾਲ ਨਾ ਜੋੜੋ, ਪਰਮਾਤਮਾ ਦਾ ਸਰੂਪ ਲੈ ਕੇ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਘੁੰਮਦੇ ਨੇ, ਕਿ ਉਹ ਧਰਮ ਨੂੰ ਟਾਰਗੇਟ ਕਰਨਾ ਜਾਂ ਫਿਰ ਬੇਅਦਬੀ ਕਹਿ ਸਕਦੇ ਹੋ ਉਸ? ਮੈਂ ਐਸੇ ਬਹੁਤ ਸਾਰੇ ਲੋਕ ਜਿਹੜੇ ਬੜੇ ਵਿਚਾਰੇ ਬੜੀ ਕੋਸ਼ਿਸ਼ ਕਰਦੇ, ਕੰਮ ਵੀ ਕਰਦੇ, ਪਰ ਨਹੀਂ ਸਕਸੈਸ ਹੁੰਦੇ, ਹਾਰ ਜਾਂਦੇ ਆ ਕਿਸੇ 'ਚ, ਪਰ ਉਹ ਆਪਣੇ ਆਪ ਨੂੰ ਕੁਛ ਹਾਦਸਾ ਨਾ ਕਰ, ਆਪਣੇ ਕੋਈ ਨੁਕਸਾਨ ਨਾ ਪਹੁੰਚਾਉਂਦੇ, ਆਪਣੇ ਲੋਕਾਂ ਦੇ ਹੱਥ ਫੈਲਾ ਕੇ ਕੰਮ ਚਲਾ ਲੈਂਦੇ। ਕੀ ਤੁਸੀਂ ਸ਼ਿਵਲਿੰਗ ਬਾਰੇ ਜਾਣਦੇ ਹੋ? ਕੀ ਤੁਸੀਂ ਸ਼ਿਵਲਿੰਗ ਦੀਆਂ ਉਹਨਾਂ ਅਪਾਰ ਸ਼ਕਤੀਆਂ ਨੂੰ ਜਾਣਦੇ ਹੋ? ਕੀ ਜਾਣਦੇ ਹੋ ਤੁਸੀਂ ਸ਼ਿਵਲਿੰਗ ਹੈ ਕੀ? ਕਿਤੇ ਤੁਸੀਂ ਵੀ ਸ਼ਿਵਲਿੰਗ ਨੂੰ ਸ਼ਿਵ ਦਾ ਲਿੰਗ ਤਾਂ ਨਹੀਂ ਸਮਝਦੇ? ਤਾਂ ਵਧੇਰੀ ਜਾਣਕਾਰੀ ਲਈ ਸਾਡੇ ਨਾਲ ਰੋਹਿਤ ਪਾਂਡੇ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਪਾਂਡੇ ਜੀ, ਸ਼ਿਵਰਾਤਰੀ ਆ ਰਹੀ ਹੈ ਅਤੇ ਕਈ ਲੋਕ ਜਿਹੜੇ ਸ਼ਿਵ ਲਿੰਗ ਨੂੰ ਸ਼ਿਵ ਦਾ ਲਿੰਗ ਸਮਝਦੇ ਨੇ, ਦੇਖੋ ਇਹ ਨਾ ਬਹੁਤ ਬੜੀ ਆਪਣੇ ਸਨਾਤਨ ਧਰਮ ਹਿੰਦੂ ਧਰਮ ਨੂੰ ਨਾ ਬਦਨਾਮ ਕਰਨ ਦੀ ਬੜੀ ਜ਼ਿਆਦਾ ਸਾਜਿਸ਼ ਹੈ। ਭੇਡ ਚਾਲ ਚੱਲ ਰਹੀ ਹੈ, ਲੋਕਾਂ ਨੇ ਦੋ ਗੱਲਾਂ ਕਹਿਤੀਆਂ ਨੇ, ਕਿਸੇ ਨੂੰ ਕੁਛ ਪਤਾ ਹੀ ਨਹੀਂ ਹੈਗਾ, ਠੀਕ ਹੈ ਕਿ ਨਹੀਂ? ਇਹਦਾ ਬੜਾ ਸਿੱਧਾ ਸਾਧਾਰਨ, ਮੈਂ ਬਹੁਤ ਕੰਟਰੋਵਰਸ਼ੀਅਲ ਉੱਚ ਨਹੀਂ ਜਾਂਦਾ, ਸਿੰਪਲ ਜਿਹਾ ਜਵਾਬ ਦੇਣਾ। ਤੁਸੀਂ ਜੇ ਬੱਚੇ ਆਪਣੇ ਪੜ੍ਹੇ ਲਿਖੇ, ਜਿਹੜੇ ਵੀ ਮਾਤਾ ਪਿਤਾ ਨੇ ਹਿੰਦੀ ਪੜ੍ਹੀ ਹੈ ਨਾ, ਆਪਾਂ ਹਿੰਦੀ ਦੇ ਪੇਪਰਾਂ 'ਚ ਲਿਖਦੇ ਹਾਂ ਸਤਰੀ ਲਿੰਗ, ਪੁਲਿੰਗ, ਪੁਰਸ਼ ਲਿੰਗ, ਉਹ ਕੀ ਉਹ ਉਹਨਾਂ ਦੇ ਲਿੰਗ ਦੀ ਚਰਚਾ ਕਰ ਰਹੇ ਨੇ? ਉਹਨਾਂ ਦੇ ਪ੍ਰਕਾਰ ਦੀ ਚਰਚਾ ਕਰ ਰਹੇ ਨੇ ਕਿ ਉਹ ਪੁਰਸ਼ ਹਨ, ਉਹ ਸਤਰੀ ਹੈ, ਇਸ ਕਰਕੇ ਸਤਰੀ ਲਿੰਗ ਲਿਖਦੇ ਨੇ, ਇਸ ਲਈ ਪੁਰਸ਼ ਲਿੰਗ ਲਿਖਦੇ। ਉਸੇ ਦਾ ਸ਼ਿਵ ਜੀ ਦਾ, ਉਹ ਸ਼ਿਵ ਜੀ ਦਾ ਨਾਮ ਹੈ, ਸ਼ਿਵ ਜੀ ਦਾ ਪ੍ਰਕਾਰ ਹੈ, ਸ਼ਿਵ ਜੀ ਦੀ ਉਤਪਤੀ ਹੈ, ਸ਼ਿਵ ਜੀ ਦੀ ਤਾਕਤ ਹੈ, ਠੀਕ ਹੈ ਨਾ? ਇਸ ਕਰਕੇ ਉਹਨੂੰ ਸ਼ਿਵ ਜੀ ਨੂੰ ਲਿੰਗ ਨਾਲ ਸਥਾਪਿਤ ਕਰਨਾ ਹੀ ਜਿਹੜਾ ਸੋਚਦਾ ਉਹ ਬਹੁਤ ਬੜਾ ਮੂਰਖ ਔਰ ਅਗਿਆਨੀ ਹੈ, ਇਹ ਬਹੁਤ ਗਲਤ ਸੋਚ ਹੈ। ਸ਼ਿਵ ਜੀ ਦੀ ਪਾਵਰ ਹੈ, ਉਹ ਸ਼ਿਵ ਜੀ ਦਾ ਫੇਮ ਹੈ, ਸ਼ਿਵ ਜੀ ਦੇ ਨਾਮ ਦਾ ਇੱਕ ਪ੍ਰਕਾਰ ਹੈ ਸਿਰਫ, ਇਸ ਲਈ ਉਹਨੂੰ ਸ਼ਿਵਲਿੰਗ ਕਿਹਾ ਜਾਂਦਾ ਹੈ। ਉਹ ਸਾਇੰਟੀਫਿਕਲੀ, ਪ੍ਰੈਕਟੀਕਲੀ ਆਪਾਂ ਨੂੰ ਪਤਾ ਹੈ ਕਿ ਸੰਸਾਰ ਦਾ ਸ਼ੂਨਿਆ ਉਹ ਨਿਰਾਕਾਰ ਹੈ, ਜਿਸ ਚੀਜ਼ ਦਾ ਕੋਈ ਆਕਾਰ ਨਹੀਂ, ਜੰਮਿਆ ਨਹੀਂ, ਅਜੰਮਿਆ ਨਹੀਂ, ਉਹ ਪੂਰੀ ਸੰਪੂਰਨ ਪਾਵਰ ਹੈ। ਉਹਨੂੰ ਇੱਕ ਬਹੁਤ ਤੁੱਛ ਜਿਹੀ ਛੋਟੀ ਜਿਹੀ ਗੱਲ ਕਿੱਥੇ ਉਹਨੂੰ ਮਾਤਾ ਪਾਰਵਤੀ ਨਾਲ ਅਟੈਚ ਕਰਦੇ ਹੋਏ ਕਿੰਨੀ ਖਰਾਬ ਗੱਲ ਬੋਲਦੇ, ਇਹ ਨਹੀਂ ਆਪਣੇ ਜਾਨੂੰ ਜਿਹੜੇ
ਲੋਕਾਂ ਤੋਂ ਸੁਣ ਸੁਣ ਕੇ ਹਾਂ ਹਾਂ ਕਰਨ ਲੱਗ ਜਾਂਦੇ, ਇਹ ਬਹੁਤ ਬੜੀ ਗਲਤ ਚੀਜ਼ ਹੈ। ਇਸ ਕਰਕੇ ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ, ਉਹ ਸ਼ਿਵ ਜੀ ਦਾ ਲਿੰਗ ਨਹੀਂ ਹੈ, ਉਹ ਸ਼ਿਵ ਜੀ ਦਾ ਨਾਮ ਹੈ, ਉਹਨਾਂ ਦਾ ਪ੍ਰਕਾਰ ਹੈ, ਉਹਨਾਂ ਦੀ ਉਤਪਤੀ ਦਾ ਸਾਧਨ ਹੈ। ਕਹਿੰਦੇ ਸ਼ਿਵਲਿੰਗ ਦੀ ਪੂਜਾ ਜਿਹੜੀ ਹੈ ਉਹ ਸਭ ਤੋਂ ਆਸਾਨ ਹੈ, ਅਤੇ ਸ਼ਿਵਲਿੰਗ ਦੀ ਪੂਜਾ ਕਰਦੇ ਨੇ ਲੋਕ ਤਾਂ ਉਹਨਾਂ ਨੂੰ ਸਭ ਕੁਛ ਮਿਲ ਜਾਂਦਾ, ਕੀ ਇਹ ਸੱਚ ਹੈ? ਦੇਖੋ ਮੈਂ ਜਿੱਦਾਂ ਹੁਣੇ ਕਹਿੰਦਾ ਸ਼ਿਵ ਜੀ ਤਾਂ ਨਿਰਾਕਾਰ ਨੇ, ਸ਼ਿਵ ਜੀ ਭੋਲੇ ਭੰਡਾਰੀ ਨੇ, ਸਾਰੇ ਜਾਣਦੇ, ਉਹ ਬਹੁਤ ਜਲਦੀ ਪ੍ਰਸੰਨ ਹੁੰਦੇ ਨੇ। ਸ਼ਿਵ ਜੀ ਸ਼ਿਵਲਿੰਗ ਦੀ ਤਾਂ ਪੂਜਾ ਕਰਨ, ਵੈਸੇ ਇੱਕ ਲੋਟੇ ਜਲ ਨਾਲ ਜਿਹੜਾ ਬੰਦਾ ਖੁਸ਼ ਹੋ ਜਾਏ, ਉਸ ਤੋਂ ਸਸਤਾ, ਉਸ ਤੋਂ ਅੱਛਾ ਔਰ ਉਸ ਤੋਂ ਸਕੁਸ਼ਲ ਜਿਹਨੂੰ ਆਪਾਂ ਹਿੰਦੀ 'ਚ ਕਹਿ ਦਿੰਦੇ ਹਾਂ, ਕੋਈ ਨਹੀਂ ਹੋ ਸਕਦਾ। ਪਰਮਾਤਮਾ ਸ਼ਿਵ ਜੀ ਦੀ ਉਪਾਸਨਾ ਸਭ ਤੋਂ ਜ਼ਿਆਦਾ ਆਸਾਨ ਹੈ, ਠੀਕ ਹੈ। ਜਿਹੜਾ ਪੱਤੇ ਨਾਲ ਚੜ੍ਹਾ ਕੇ ਖੁਸ਼ ਹੋ ਜਾਂਦਾ, ਜਿਹਨੂੰ ਆਪਾਂ ਬੇਲ ਪੱਤਾ ਕਹਿ ਦਿੰਦੇ, ਚੜ੍ਹਾ ਕੇ ਜਿਹੜਾ ਬੰਦਾ ਖੁਸ਼ ਹੋ ਜਾਏ, ਉਹ ਸ਼ਿਵ ਹੈ। ਸ਼ਿਵ ਜੀ ਸਭ ਤੋਂ ਜ਼ਿਆਦਾ ਆਸਾਨ, ਸਰਲ, ਉਹਨਾਂ ਦੀ ਪੂਜਾ ਕਰਨਾ ਬਹੁਤ ਜ਼ਿਆਦਾ ਆਸਾਨ ਹੈ। ਤਾਂ ਪੂਜਾ ਕਿਵੇਂ ਕਰਨੀ ਚਾਹੀਦੀ ਹੈ? ਦੇਖੋ ਜਿੱਦਾਂ ਮੈਂ ਦੱਸਿਆ, ਸ਼ਿਵ ਜੀ 'ਤੇ ਤਾਂ ਇੱਕ ਜਲ ਚੜ੍ਹਦਾ, ਸ਼ਿਵ ਜੀ ਦਾ ਜਿਹੜਾ ਸ਼ਿਵਲਿੰਗ ਹੈ ਨਾ, ਉਹਨੂੰ ਜੇ ਸਾਇੰਟਿਫਿਕ ਮੈਥਡ, ਉਹ ਇੱਕ ਨਿਊਕਲੀਅਰ ਪਾਵਰ ਹੈ, ਨਿਊਕਲੀਅਰ ਰਿਐਕਟਰ ਹੈ, ਉਹਦੇ ਅੰਦਰ ਤਾਕਤ ਹੈ, ਊਰਜਾ ਦਾ ਸਰੋਤ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨੂੰ ਸ਼ਾਂਤ ਰੱਖਿਆ ਜਾਂਦਾ, ਇਸ ਕਰਕੇ ਆਪਾਂ ਜਲ ਚੜ੍ਹਾਉਂਦੇ ਹਾਂ। ਸਿੰਪਲ ਸਿੰਪਲ ਸ਼ਿਵਲਿੰਗ ਦਾ ਇੱਕ ਮੂਰਤ, ਕਿਸੇ ਸਰੂਪ ਦਾ ਹੈ ਹੀ ਨਹੀਂ, ਉਹ 'ਚ ਕੋਈ ਨੱਕ ਵੇਦ ਆਪਾਂ ਤਾਂ ਕੁਛ ਬਣਾਉਂਦੇ ਹਾਂ, ਉਹਨੂੰ ਸਿਰਫ ਮੰਨਦੇ ਹਾਂ ਕਿ ਇਹ ਨੰਦੀ ਗਾਣਾ ਜੇ, ਉਹ ਤਾਂ ਸਿਰਫ ਜਲ ਚੜ੍ਹਾਉਣਾ, ਦੁੱਧ, ਦਹੀਂ, ਸ਼ਹਿਦ, ਸ਼ੱਕਰ, ਜਿਹੜਾ ਵੀ ਆਪਾਂ ਪੰਚਾਮ੍ਰਿਤ ਵਗੈਰਾ ਚੜ੍ਹਾਉਂਦੇ ਹਾਂ, ਬਸ ਸਿੰਪਲ ਉਹਨਾਂ ਨੂੰ, ਜੋ ਤੁਹਾਡੇ ਮਨੋਭਾਵ ਹੈ, ਸ਼ਿਵਲਿੰਗ ਦਾ ਇੱਕ ਬੜੀ ਅੱਛੀ ਖਾਸੀ, ਜੋ ਤੁਹਾਡੇ ਮਨੋਭਾਵ ਹੈ ਉਹ ਵੀ ਕਰੋਗੇ, ਉਹਨੇ ਤਾਂ ਵੀ ਉਹਨਾਂ ਨੇ ਖੁਸ਼ੀ ਹੋਣਾ। ਸ਼ਿਵਰਾਤਰੀ ਵਾਲੇ ਨੇ ਦੇਖਿਆ ਜਾਂਦਾ ਹੈ ਭੰਗ ਦਾ ਪ੍ਰਸ਼ਾਦ ਬਹੁਤ ਚੱਲਦਾ ਹੈ, ਤਾਂ ਕਈ ਲੋਕ ਵੀ ਇੰਨਾ ਜ਼ਿਆਦਾ ਪੀ ਲੈਂਦੇ ਨੇ ਵੀ ਕਿ ਉਸਨੂੰ ਨਸ਼ੇ ਦੇ ਤੌਰ 'ਤੇ ਪੀ ਲੈਂਦੇ ਨੇ, ਕੀ ਸਹੀ ਹੈ? ਇਹਨਾਂ ਬਹੁਤ ਅੱਛਾ ਤੁਸੀਂ ਸਵਾਲ ਕੀਤਾ ਹੈ, ਇਹਦਾ ਇੱਕ ਬਹੁਤ ਬੜਾ ਕੰਟਰੀਬਿਊਸ਼ਨ ਚੀਜ਼ ਹੈ। ਇਹ ਜਿੱਦਾਂ ਪਹਿਲਾਂ ਦੱਸਿਆ, ਸ਼ਿਵਲਿੰਗ ਨੂੰ ਲੋਕ ਸਾਡੇ ਅਰਾਧੇ ਦੇਵ ਨੂੰ, ਸਾਡੇ ਦੇਵਤਾ ਨੂੰ, ਉਹਨਾਂ ਨੂੰ ਗਲਤ ਸਾਫ ਬੋਲਣ ਦਾ ਨਾ ਇੱਕ ਭੇਡ ਚਾਲ ਚੱਲ ਪਈ, ਬਾਹਰਲੇ ਨੇ ਆਪਣੇ ਹੀ ਬੋਲੀ ਜਾਂਦੇ ਨੇ। ਉੱਦਾਂ ਹੀ ਸ਼ਿਵ ਜੀ ਨੂੰ ਤੁਸੀਂ ਫੋਟੋਆਂ ਜਗ੍ਹਾ ਜਗ੍ਹਾ ਪੋਸਟਰਾਂ ਦੇਖਿਆ ਹੋਣਾ ਕਿ ਸ਼ਿਵ ਜੀ ਨੂੰ ਭੰਗ ਵਾਲਾ ਬਣਾ ਤਾ, ਸ਼ਿਵ ਜੀ ਨੇ ਇਹ ਚਿਹਰਾ, ਇਹ ਨਹੀਂ ਦੇਖਿਆ ਸ਼ਿਵ ਜੀ ਨੇ ਜ਼ਹਿਰ ਵੀ ਪੀਤਾ ਸੀ, ਜ਼ਹਿਰ ਨਹੀਂ ਪੀਣਾ, ਠੀਕ ਹੈ ਕਿ ਨਹੀਂ? ਜਿਹੜੀ ਜਿਹੜੀ ਸੀ ਸਾਡੇ ਮੁਤਾਬਿਕ ਅਸੀਂ ਉਹ ਚੀਜ਼ ਕਰਨਾ। ਸ਼ਿਵ ਜੀ ਨੇ ਭੰਗ ਤਾਂ ਧੂਰਾ, ਸ਼ਿਵ ਜੀ ਨੂੰ ਔਗੜਦਾਨੀ ਕਹਿੰਦੇ ਨੇ, ਔਗੜ ਹੈ, ਜਮਦੂਤ ਹੈ, ਭੇੜ, ਤੁਸੀਂ ਰੱਖੋ ਬਈ, ਨੰਗ ਦਾ ਨੰਗ ਘੁੰਮੋ, ਗਲੇ 'ਚ ਮੁੰਡ ਮਾਲਾ ਲੈ ਕੇ ਘੁੰਮੋ, ਫਿਰ ਪੀਓ, ਉਹ ਤਾਂ ਨਹੀਂ, ਉਹ ਨਹੀਂ ਕਰਨਾ, ਠੀਕ ਹੈ ਕਿ ਨਹੀਂ? ਸਿਰਫ ਸਾਡਾ ਨਸ਼ਾ ਕਹਿੰਦੇ ਭੋਲੇ ਨਾਥ ਵੀ ਪੀਂਦੇ ਸੀ, ਇਹ ਡੇਰੇ ਜਾਂ ਦੋ ਵੀ ਥੋੜ੍ਹੇ ਜਿਹੇ ਆਪਣੇ ਗਲਤ ਅਸਮਾਜਿਕ ਤੱਤ ਨੇ ਨਾ, ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਸ਼ਿਵ ਜੀ ਦਾ ਨਾਮ ਲੈਣ ਬਦਨਾਮ ਕੀਤਾ ਪਿਆ, ਔਰ ਉਹਦੇ ਵਿੱਚ ਵੀ ਸਾਡੇ ਪੜ੍ਹੇ ਲਿਖੇ ਲੋਕ ਉਹ 'ਚ ਜ਼ਿਆਦਾ ਆਗੂ ਹੋਏ ਪਏ ਨੇ, ਉਹ ਪਹਿਲਾਂ ਉਹ 'ਚ ਕੰਟਰੀਬਿਊਸ਼ਨ ਨਹੀਂ, ਸ਼ਿਵ ਜੀ ਦਾ ਇੱਦਾਂ, ਭਾਈ ਸ਼ਿਵ ਜੀ ਦੇ ਤੁਸੀਂ ਉਹਨਾਂ ਦੇ ਮਤਲਬ ਅੰਸ਼ ਵੀ ਨਹੀਂ, ਉਹਨਾਂ ਦੇ ਕਿਸੇ ਕਣ ਕਣ ਚ ਨੇ, ਉਹ ਤਾਂ ਸੰਹਾਰ ਦੇ ਕਾਰਕ ਨੇ। ਜਾਂਦੇ ਜਾਂਦੇ ਇੱਕ ਹੱਡੀ ਟੁੱਟ ਜਾਂਦੀ ਨਾ, ਚਾਰ ਦਿਨ ਸਾਰੇ ਦੇਵਤਾ ਯਾਦ ਆ ਜਾਂਦੇ ਨੇ, ਯਾਰ ਅਰੇ ਯਾਰ ਲੱਗ ਗਈ ਉਂਗਲ 'ਚ ਨਾ, ਚਾਕੂ ਦਾ ਕੱਟ ਵੀ ਲੱਗਦਾ ਨਾ, ਮੰਮੀ ਡੈਡੀ ਸਾਰੇ ਯਾਦ ਆ ਜਾਂਦੇ ਨੇ, ਉਹ ਜਿਹਨਾਂ ਨੇ ਸਾਰਿਆਂ ਨੂੰ ਬਣਾ ਕੇ ਰੱਖਿਆ ਹੈ, ਉਹ ਤੁਹਾਡੇ ਲਈ ਉਹਨਾਂ ਨਾਲ ਤੁਸੀਂ ਕੰਪੈਰੀਜ਼ਨ ਕਰਨ ਲੱਗਦੇ ਕਿ ਸ਼ਿਵ ਜੀ ਨੇ ਪੀਤਾ ਜੀ, ਸ਼ਿਵ ਜੀ ਨੇ ਜ਼ਹਿਰ ਪੀਤਾ, ਸ਼ਿਵ ਜੀ ਨੇ ਆਦੀ ਸ਼ਕਤੀ ਹੈ, ਉਹਨਾਂ ਦੇ ਇੱਕ ਬਾਲ ਕਰਕੇ ਵੀਰਭਦਰ ਪੈਦਾ ਕਰਤਾ, ਤੁਸੀਂ ਕੀ ਕਰ ਸਕਦੇ ਹੋ? ਪਰ ਉਹਨਾਂ ਨੂੰ ਬਦਨਾਮ ਕਰਨ ਦੀ ਇੱਕ ਬੜੀ ਭੇਡ ਚਾਲ ਬਣਾ ਰੱਖੀ ਹੈ ਕਿ ਸ਼ਿਵ ਜੀ ਨੇ ਭੰਗ ਪੀਤੀ ਸੀ, ਪਿੰਗ ਨੇ, ਸ਼ਿਵ ਜੀ ਨੇ ਜਿਹੜੀ ਨਸ਼ੇ ਜਿਹੜਾ ਚੀਜ਼ ਹੈ ਨਾ, ਸ਼ਿਵ ਜੀ ਨੇ ਨਸ਼ੇ, ਸ਼ਿਵ ਜੀ ਕਿੰਨੇ ਕਿੰਨੇ ਸਾਲ ਸਮਾਧੀ ਲਾ ਕੇ ਰੱਖਦੇ, ਕਿੰਨੇ ਕਿੰਨੇ ਮੰਤਰ ਪੜ੍ਹ ਲੈਂਦੇ, ਤੁਸੀਂ ਭੰਗ ਪੀ ਕੇ ਕੀ ਕਰ ਉਤਪਾਤ ਕਰਦੇ ਹੋ, ਠੀਕ ਹੈ, ਘਰੇ ਕਲੇਸ਼ ਕਰ ਦਿਓ, ਪੀ ਕੇ ਲਗਾਓ ਨਾ ਸਮਾਧੀ, ਬੈਠੋ ਪੂਜਾ ਪਾਠ ਦੇ ਵਿੱਚ, ਬੈਠੋ ਆਪਣੇ ਅੱਛੇ ਕਰਮਾਂ 'ਚ, ਘਰੇ ਆ ਕੇ ਕਲੇਸ਼ ਕਿਉਂ ਕਰਦੇ ਹੋ? ਕਿਤੇ ਇਹ ਤਾਂ ਲਿਖਿਆ ਨਹੀਂ ਕਿ ਭਗਵਾਨ ਨੇ ਕਲੇਸ਼ ਕੀਤਾ। ਸ਼ਿਵ ਜੀ ਤਾਂ ਆਰਾਧਨਾ ਕਰਦੇ ਸੀ, ਬਹਿੰਦੇ ਸੀਗੇ, ਧਿਆਨ ਲਾਉਂਦੇ ਸੀ, ਕੰਸੈਂਟ੍ਰੇਸ਼ਨ ਲਈ ਆਪਣਾ ਬੈਠੇ, ਆਪਣਾ ਧਿਆਨ ਹੈ ਆਪਣੀ ਚੀਜ਼ਾਂ ਨੇ। ਜਦੋਂ ਸ਼ਿਵ ਜੀ ਜਟਾ ਖੁੱਲਦੀ ਹੈ, ਜਿੱਦਾਂ ਸ਼ਿਵਰਾਤਰੀ ਹੁਣ ਜਟਾ ਖੁੱਲਦੀ ਹੈ, ਇਹ ਵੈਸੇ ਤੁਹਾਡੇ ਦਰਸ਼ਕਾਂ ਨੂੰ ਦੱਸਣਾ, ਲੋਕਾਂ ਨੂੰ ਪਤਾ ਹੀ ਨਹੀਂ ਹੈ, ਜਦੋਂ ਹੁਣ ਸ਼ਿਵ ਜੀ ਜਟਾ ਖੋ, ਕਹਿੰਦੇ ਨੇ ਸ਼ਿਵਰਾਤਰੀ ਜਟਾ ਖੋਲਦੇ ਨੇ ਕਿਉਂਕਿ ਹੁਣ ਵਿਆਹ ਦੇ ਦਿਨ, ਸ਼ਿਵਰਾਤਰੀ ਉਹਨਾਂ ਦਾ ਵਿਆਹ ਦੇ ਨੇ, ਪਰ ਉਸ ਤੋਂ ਬਾਅਦ ਜਿੰਨੇ ਵੀ ਆਪਣੇ ਛੋਟੇ ਛੋਟੇ ਜੀਵ ਜੰਤੂ ਹੈ, ਕੀੜੇ ਮਕੌੜੇ, ਇਹ ਖੋਲਦੇ ਨੇ, ਅਤੇ ਜਦੋਂ ਆਪਣਾ ਸਾਵਣ ਦੇ ਬਾਅਦ ਜਦੋਂ ਸ਼ਿਵ ਨਾਗਪੰਚਮੀ, ਉਸ ਤੋਂ ਬਾਅਦ ਆਉਂਦੀ, ਉਦੋਂ ਕਹਿੰਦੇ ਜਟਾ ਉਹਨਾਂ ਦੀ ਬੰਦ, ਉਦੋਂ ਧਿਆਨ ਕੀੜੇ ਮਕੌੜੇ ਘੱਟ ਜਾਂਦੇ ਨੇ। ਇਹਦਾ ਸਾਇੰਟੀਫਿਕ ਰੀਜ਼ਨ, ਮੌਸਮ ਖੁੱਲਦਾ ਹੈ ਅਤੇ ਬੜੇ ਬੜੇ ਜੀਵ ਜੰਤੂ ਨਿਕਲਦੇ, ਠੰਡ ਆ ਜਾਂਦੀ ਉਹਨੂੰ, ਉੱਦਾਂ ਲੋਕ ਉੱਦਾਂ ਲੈਣ ਲੱਗ ਜਾਂਦੇ ਨੇ। ਪਰ
ਉਹਦੀ ਨਾ ਹਰ ਇੱਕ ਚੀਜ਼ ਦੀ ਪ੍ਰਕਿਰਿਆ ਹੈ। ਲੋਕ ਜਿੰਨਾ ਮਰਜ਼ੀ ਐਡਵਾਂਸ ਹੋ ਜਾਏ, ਕਰਕੇ ਦਿਖਾਏ ਗਰਮੀ 'ਚ, ਠੰਡ ਬਰਫ਼ ਪਾ ਕੇ ਤਾਂ ਦਿਖਾਵੇ, ਠੀਕ ਹੈ ਕਿ ਨਹੀਂ, ਪੂਰੀ ਕਾਇਨਾਤ ਬਦਲ ਜਾਣੀ ਹੈ। ਇਹ ਨਹੀਂ, ਲੋਕਾਂ ਨੇ ਸਿਰਫ਼ ਔਰ ਸਿਰਫ਼ ਆਪਣੇ ਹਿੰਦੂ ਧਰਮ, ਸਨਾਤਨ ਧਰਮ ਨੂੰ ਬਦਨਾਮ ਕਰਨ ਲਈ ਓਛੀਆਂ ਜਿਹੀ ਗੱਲਾਂ, ਉਲਟੀ ਸਿੱਧੀ ਗੱਲਾਂ ਕਰੀ ਜਾਣੀਆਂ ਨੇ, ਉਹਦਾ ਕੋਈ ਸਿਰ ਪੈਰ ਨਹੀਂ ਹੈ। ਕੀ ਲੱਗਦਾ ਕਿ ਅੱਜ ਕਲਯੁੱਗ ਦੇ ਵਿੱਚ ਅਜਿਹੀਆਂ ਬੜੀਆਂ ਚੀਜ਼ਾਂ ਨੇ, ਕਹਿ ਲਈਏ ਕਿ ਹੁਣ ਭੰਗ ਦੀ ਗੱਲ ਕੀਤੀ ਆਪਾਂ, ਕਿ ਕਿਵੇਂ ਯੂਥ ਜਿਹੜਾ ਉਸ ਵੱਲ ਭੱਜ ਰਿਹਾ, ਨਾਮ ਭੋਲੇਨਾਥ ਦਾ ਦਿੰਦੇ ਨੇ ਅਤੇ ਉਸ ਤੋਂ ਬਾਅਦ ਲੈ ਕਿਤੇ ਹੋਰ ਜਾਂਦੇ ਨੇ। ਕੀ ਲੱਗਦਾ ਨਹੀਂ ਵੀ ਕਲਯੁੱਗ ਦੇ ਵਿੱਚ ਵੀ ਜਿਹੋ ਜਿਹਾ ਕਿਹਾ ਸੀ ਮਹਾਂਪੁਰਸ਼ਾਂ ਨੇ, ਉਹੀ ਚੀਜ਼ਾਂ ਆ ਗਈਆਂ? ਦੇਖੋ, ਕਲਯੁੱਗ ਦੇ ਬੜੇ ਸਾਰੇ ਸਿਧਾਂਤ ਕਿਸੇ, ਪਰ ਕਲਯੁੱਗ 'ਚ ਤਾਂ ਇੱਕ ਇਹ ਵੀ ਕਿਹਾ ਕਿ ਨਾਮ ਜਪਦਾ ਹੀ ਬੜਾ ਫਾਇਦਾ ਹੈ। ਕਲਯੁੱਗ ਦੇ ਵਿੱਚ ਜਿੱਦਾਂ ਆਪਣੇ ਪਿੱਛੇ ਗਏ ਨੇ, ਉਹ 'ਚ ਕਿਹਾ ਗਿਆ ਜਿੱਦ ਰਾਮ ਅਵਤਾਰ ਜਾਂ ਚ ਕੁਛ ਬੜਾ ਸਾਰਾ ਨੁਕਸਾਨ ਜਾਂ ਸੀਗੇ, ਬਹੁਤ ਪੂਜਾ ਪਾਠ ਕਰਦੇ। ਕਲਯੁੱਗ 'ਚ ਤਾਂ ਸਾਫ਼ ਸਾਫ਼ ਸ਼ਾਸਤਰ ਨੇ ਲਿਖਿਆ ਕੁਛ ਨਹੀਂ, ਇੱਥੇ ਕੁਛ ਨਹੀਂ ਕਰਦੇ, ਪਰਮਾਤਮਾ ਨਾਮ ਜਪ ਕਰ ਲਓ, ਸੰਕੀਰਤਨ ਕਰ ਲਓ, ਉਹਦਾ ਹੀ ਪੂਰਾ ਫੁੱਲ ਹੈ, ਉਹ ਨਹੀਂ ਕਰਨਾ। ਇਹ ਨਸ਼ੇ ਦੇ ਕਾਰੋਬਾਰ ਜਿਹੜੇ ਸਮਾਜਿਕ ਤੱਤੂ ਨੇ, ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਦਾ, ਜੇ ਪਰਮਾਤਮਾ ਹੈ ਤਾਂ ਰਾਕਸ਼ਸ ਵੀ ਹੈ, ਜੇ ਅੱਛੀ ਹੈ ਤਾਂ ਬੁਰਾਈ ਵੀ ਹੈ, ਜੇ ਦੇਵਤਾ ਨੇ ਤਾਂ ਭੂਤ ਪ੍ਰੇਤ ਵੀ ਨੇ, ਸਭ ਸਾਬਿਤ ਨੇ। ਉਹ ਕੁਛ ਸਮਾਜਿਕ ਤੱਤੂ ਨੇ ਜਿਹੜੇ ਕੁਛ ਸਮਾਜ ਨੂੰ ਗੰਦਾ ਕਰੀ ਜਾਂਦੇ ਨੇ। ਕਲਯੁੱਗ ਦੇ ਵਿੱਚ ਇੱਕ ਨਾ, ਮੈਂ ਬਾਰ ਬਾਰ ਕਹਿੰਦਾ ਹੈ ਕਿ ਜਿੰਨਾ ਵੀ ਆਪਣੀ ਪੱਛਮੀ ਸੱਭਿਅਤਾ ਜੇ ਨਾਲ ਬਹੁਤ ਜ਼ਿਆਦਾ ਖੁਸ਼ ਹੋ ਕੇ ਅਟੈਚਮੈਂਟ ਹੋ ਜਾਂਦੀ ਹੈ, ਉਹ ਉਨਾ ਹੀ ਸਮਾਜ ਖਰਾਬ ਹੋ ਜਾਣਾ, ਠੀਕ ਹੈ ਕਿ ਨਹੀਂ? ਕੋਸ਼ਿਸ਼ ਕਰ ਸਕਦੇ ਹਾਂ, ਅਸੀਂ ਤਾਂ ਅੱਛੀ ਚੀਜ਼ ਦੱਸ ਸਕਦੇ ਹਾਂ, ਬਾਕੀ ਹੁਣ ਮੰਨਣਾ ਨਾ ਮੰਨਣਾ ਕਿਸੇ ਦੇ ਆਪਾਂ ਤੁਸੀਂ ਜ਼ਬਰਦਸਤੀ ਨਹੀਂ ਕਰਾ ਸਕਦੇ, ਅਗਲੇ ਨੂੰ ਜੋ ਠੀਕ ਲੱਗੇ ਉਹ ਕਰੇਗਾ। ਪਰ ਫਿਰ ਵੀ ਆਹ ਜਿਹੜਾ ਨਸ਼ੇ ਆ ਸੀ ਉਹਨੂੰ ਪਰਮਾਤਮਾ ਨਾਲ ਨਾ ਜੋੜੋ। ਪਰਮਾਤਮਾ ਨੇ ਤਾਂ ਤੁਹਾਨੂੰ ਜਨਮ ਦਿੱਤਾ ਹੈ, ਤੁਹਾਨੂੰ 9 ਮਹੀਨੇ ਮਾਤਾ ਨੇ ਆਪਣੇ ਪੇਟ 'ਚ ਰੱਖਿਆ, ਆਪਣਾ ਤੁਹਾਡਾ ਸਨਮਾਨ ਕੀਤਾ, ਉਹਨੂੰ ਖਿਲਾਇਆ ਪਿਲਾਇਆ, ਜਾਂ ਤੁਸੀਂ ਕੁਛ ਬੋਲ ਨਹੀਂ ਸਕਦੇ ਤੁਹਾਨੂੰ ਆਪਣਾ ਦੁੱਧ ਪਿਲਾਇਆ, ਇਹ ਉਹਦਾ ਵੀ ਸਤਿਕਾਰ ਨਹੀਂ ਕਰਦੇ, ਠੀਕ ਹੈ ਕਿ ਨਹੀਂ? ਸਨਮਾਨ ਕਰੋ। ਦੇਖੋ, ਹਰ ਚੀਜ਼ ਬਣੀ ਹੈ, ਪਰ ਓਵਰ ਚੀਜ਼ ਹਰ ਚੀਜ਼ ਦੇ ਨੁਕਸਾਨ ਹੈ। ਓਵਰਡੋਸ ਚੀਜ਼, ਸ਼ੂਗਰ ਜੇ ਆਪਾਂ ਜ਼ਿਆਦਾ ਖਾ ਲੈਂਦੇ ਸ਼ੂਗਰ ਹੋ ਜਾਂਦੀ ਹੈ, ਨਮਕ ਜ਼ਿਆਦਾ ਖਾ ਲੈਂਦੇ ਗਿੰਗਾ ਹੋ ਜਾਂਦਾ, ਜਾਂ ਆਪਾਂ ਨੂੰ ਹੋਰ ਚੀਜ਼, ਇਸ ਲਈ ਹਰ ਚੀਜ਼ ਹਿਸਾਬ ਨਾਲ ਬਣੀ ਹੈ, ਉਹਨੂੰ ਹਰ ਚੀਜ਼ ਹਿਸਾਬ ਨਾਲ ਕਰਨੀ ਚਾਹੀਦੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਹਿੰਦੂ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ, ਅਤੇ ਅੱਜ ਕੱਲ੍ਹ ਇਹੋ ਜਿਹੀਆਂ ਬੜੀਆਂ ਝਾਕੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ, ਪਰਮਾਤਮਾ ਦਾ ਸਰੂਪ ਲੈ ਕੇ ਗਲੀਆਂ ਦੇ ਵਿੱਚ, ਸੜਕਾਂ ਦੇ ਵਿੱਚ ਘੁੰਮਦੇ ਨੇ, ਕਿ ਉਹ ਧਰਮ ਨੂੰ ਟਾਰਗੇਟ ਕਰਨਾ ਜਾਂ ਫਿਰ ਬੇਅਦਬੀ ਕਹਿ ਸਕਦੇ ਉਸ ਨੂੰ? ਦੇਖੋ, ਬੇਅਦਬੀ ਵੀ ਕਹਿ ਸਕਦੇ, ਇੱਕ ਤਾਂ ਦੇਖੋ ਅੱਛੇ ਲੋਕ ਵੀ ਹੁੰਦੇ ਨੇ, ਮੈਂ ਦੇਖਿਆ ਕਈ ਸਾਰਿਆਂ ਨੂੰ, ਜਿਹਨਾਂ ਕੋਲ, ਮੈਂ ਐਸੇ ਬਹੁਤ ਸਾਰੇ ਲੋਕ ਜਿਹੜੇ ਬੜੇ ਵਿਚਾਰੇ ਬੜੀ ਕੋਸ਼ਿਸ਼ ਕਰਦੇ, ਕੰਮ ਵੀ ਕਰਦੇ, ਪਰ ਨਹੀਂ ਸਕਸੈਸ ਹੁੰਦੇ, ਹਾਰ ਜਾਂਦੇ ਆ ਕਿਸੇ 'ਚ, ਪਰ ਉਹ ਆਪਣੇ ਆਪ ਨੂੰ ਕੁਛ ਹਾਦਸਾ ਨਾ ਕਰ, ਆਪਣੇ ਕੋਈ ਨੁਕਸਾਨ ਨਾ ਪਹੁੰਚਾਉਂਦੇ, ਆਪਣੇ ਲੋਕਾਂ ਦੇ ਹੱਥ ਫੈਲਾ ਕੇ ਕੰਮ ਚਲਾ ਲੈਂਦੇ ਨੇ। ਪਰ ਪਰਮਾਤਮਾ ਦਾ ਸਰੂਪ ਲੈ ਕੇ ਸਹੀ ਹੈ, ਜਿੱਦਾਂ ਕਿੰਨਰ ਲੈ, ਉਹਨਾਂ ਨੂੰ ਜਿੱਦਾਂ ਕਿੰਨਰ ਸਮਾਜ ਹੋ ਗਿਆ, ਜੇ ਕਦੀ ਤੁਸੀਂ ਦੇਖਿਆ ਹੋਗਾ ਕਿ ਉਹ ਤਾਲੀ ਵੀ ਜਾਂਦੇ, ਕੁਛ ਸਟੇਸ਼ਨ ਵਗੈਰਾ 'ਤੇ ਚੱਲ ਜਾਓ, ਉਹ ਆਪ ਮੂੰਹ 'ਚ ਗੁਟਕਾ ਬੀੜੀ ਜਿੱਦਾਂ ਖਾਏ ਬੈਠੇ ਨੇ, ਪਰਮਾਤਮਾ ਦਾ ਰੂਪ ਲੈ ਕੇ 2 ਅਗਰਬੱਤੀ ਲੈ, ਉਹ ਗਲਤ ਹੈ। ਨਹੀਂ, ਪਰਮਾਤਮਾ ਦਾ ਸਰੂਪ ਲੈ ਕੇ ਘੁੰਮਣਾ, ਮੈਂ ਦੇਖੋ ਉਹ ਬਹੁਤ ਗਲਤ ਹੈ, ਉਹ ਬਹੁਤ ਗਲਤ ਹੈ, ਪਰਮਾਤਮਾ ਨਾਮ ਲੈ ਕੇ ਬਹੁਤ ਜ਼ਿਆਦਾ ਗਲਤ ਹੈ, ਪਰ ਉਹ ਲੋਕੀ ਉਸ ਵਿੱਚ ਨਹੀਂ ਭੱਜਣਗੇ। ਉਹ ਜਦ ਅਸੀਂ ਜ਼ਿਆਦਾ ਗਿਆਨ ਦੇ ਨਾ, ਫਿਰ ਤੁਸੀਂ ਥੱਲੇ ਦੇਖੋਗੇ ਲੋਕਾਂ ਨੇ ਕਿੱਦਾਂ ਕਿੱਦਾਂ ਸਲਾਹ ਕਰ ਦੇਣੀ ਹੈ, ਦੇ ਪਰ ਗਲਤ ਨੂੰ ਗਲਤ ਹੀ ਆ, ਪਰ ਕਿਸੇ ਨੂੰ ਕਹਿਣ ਦੀ ਉਹ ਨਹੀਂ ਹੈ ਕਿ ਨਹੀਂ ਯਾਰ ਇੱਦਾਂ ਨਹੀਂ ਕਰਨਾ ਚਾਹੀਦਾ। ਔਰ ਤੁਸੀਂ ਇੱਕ ਖਾਸ ਨੋਟ ਕਰੋਗੇ, ਇੱਕ ਸਪੈਸ਼ਲ ਧਰਮ ਹੀ ਟਾਰਗੇਟ 'ਚ ਹੈ, ਹੋਰ ਕਿਸੇ ਦੇ ਲੈ ਕੇ ਤੁਰ ਲਓ? ਹਿੰਦੂ ਧਰਮ ਦੇ ਵਿੱਚ ਹੀ ਜਿਹੜੀਆਂ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਨੇ, ਇਹ ਕਿਤੇ ਹੋਰ ਕਮਿਊਨਿਟੀ ਦੀ ਗੱਲ ਕਰੀਏ ਤਾਂ ਉੱਥੇ ਨਹੀਂ ਹੈ, ਤੇ ਹਿੰਦੂ ਦੇ ਵਿੱਚ ਕਿਉਂ? ਇਹ ਲੋਕਾਂ ਦੀ ਨਾ ਸਮਝੀ, ਠੀਕ ਹੈ ਕਿ ਨਹੀਂ? ਇੱਕ ਵਰਡ ਆਉਂਦਾ ਜਿਹੜਾ ਸਹਿਸ਼ੂਣਤਾ, ਠੀਕ ਹੈ ਕਿ ਨਹੀਂ? ਯਾਰ ਆਪਣਾ ਤਾਂ ਅਸੀਂ ਬੜੇ ਸਹਿਸ਼ੂਣ ਹੈ, ਲੈ ਲਓ ਅੱਜ ਨਹੀਂ 2-4 ਸਾਲ, ਅੱਜ ਤਾਂ ਫਿਰ ਵੀ ਜਾਗਰੂਕਤਾ ਹੈ, ਜਦੋਂ ਕੋਈ ਦੂਸਰੀ ਚੀਜ਼ ਜਦੋਂ ਅਸਮਾਜਿਕਤਾ, ਦੇਖੋ ਟਾਈਮ ਬਾਉਂਡੇਜ ਕੁਛ ਘਟਾਈ, ਕਮੀ ਪੇਸ਼ੀ ਵਧੇਗੀ, ਉਦੋਂ ਬੜਾ ਫਰਕ ਪਏਗਾ। ਇਹਦੇ ਬੜੇ ਸਾਰੇ ਉਦਾਹਰਣ ਨੇ ਦੇਸ਼ ਦੇ ਵਿੱਚ, ਬਹੁਤ ਸਾਰੇ ਉਦਾਹਰਣ ਨੇ, ਦੁਨੀਆਂ ਦੇ ਵਿੱਚ ਉਦਾਹਰਣ ਹੈ, ਕਿਤੇ ਕਿਤੇ ਉਦਾਹਰਣ ਹੈ। ਇਹਨੂੰ ਬਹੁਤ ਜ਼ਿਆਦਾ ਕੰਟਰੋਵਰਸ਼ਲ ਨਾ ਕਰਾਂ, ਪਰ ਫਿਰ ਵੀ ਜਿਹੜੀ ਗਲਤ ਹੈ ਉਹ ਗਲਤ ਹੀ ਗਲਤ ਹੈ, ਉਹਨੂੰ ਤੁਸੀਂ ਭੇਟ ਦੇ। ਦੇਖੋ, ਉਹਨਾਂ ਦੀ ਆੜ ਦੇ ਵਿੱਚ ਜਿਹੜੇ ਅੱਛੇ ਲੋਕ, ਜਿਹੜੇ ਜ਼ਰੂਰਤਮੰਦ ਲੋਕ ਨਾ, ਉਹ ਛੁੱਪ ਜਾਂਦੇ ਨੇ, ਉਹ ਵਿਚਾਰੇ ਕੁਛ ਨਹੀਂ ਕਰ ਪਾਉਂਦੇ, ਉਹ ਜਿਹੜੇ ਆਹ ਪਰਮਾਤਮਾ ਨਾਲ ਲੈ ਕੇ ਲੋਕਾਂ ਨੂੰ ਡਰਾ ਕੇ
ਕੁਛ ਨਾ ਕੁਛ ਬਣਾ ਕੇ, ਠੀਕ ਹੈ ਕਿ ਨਹੀਂ, ਆਪਣਾ ਤਾਂ ਸਾਰ ਲੈਂਦੇ ਨੇ, ਉਹਨਾਂ ਨੂੰ ਕਿਸੇ ਤੋਂ ਫਰਕ ਨਹੀਂ ਪਿਆ, ਉਹ ਮਤਲਬ ਦਾ ਸਾਧਨ ਹੈ ਬਸ ਉਹਨਾਂ ਦੇ, ਹੋਰ ਕੁਛ ਨਹੀਂ ਹੈ, ਉਹ ਬਹੁਤ ਜ਼ਿਆਦਾ ਗਲਤ ਹੈ। ਔਰ ਮੈਂ ਫਿਰ ਤੋਂ ਬਾਰ ਬਾਰ ਬਿਠਾ, ਉਹ ਗਲਤ ਹੈ, ਉਹਨੂੰ ਗਲਤ ਨੂੰ ਗਲਤ ਹੀ ਕਹੋਗੇ, ਹੋਰ ਕੁਛ ਨਹੀਂ ਕਹਿ ਸਕਦੇ। ਮਤਲਬ ਹਿੰਦੂ ਧਰਮ ਦੇ ਵਿੱਚ, ਸਨਾਤਨ ਦੇ ਵਿੱਚ ਇਸਨੂੰ ਦੇਖਣ ਦੀ ਅਤੇ ਇਸਨੂੰ ਸਮਝਣ ਦੀ ਜ਼ਰੂਰਤ ਹੈ ਕਿ ਕੋਈ ਪਰਮਾਤਮਾ ਨਹੀਂ ਬਣ ਸਕਦਾ ਨਾ, ਪਰਮਾਤਮਾ ਤਾਂ ਬਣ ਹੀ ਨਹੀਂ ਸਕਦਾ। ਦੇਖੋ ਇਹਦੇ ਵਿੱਚ ਨਾ, ਮੈਂ ਵੈਸੇ ਮੇਰੀ ਆਪਣੀ ਜਿੰਨੀ ਸੋਚ ਹੈ, ਜਿੰਨੀ ਮੇਰੀ ਸਮਝ, ਮੈਨੂੰ ਲੱਗਦਾ ਜਿਹੜੀ ਮੰਦਰ ਕਮੇਟੀਆਂ ਨੇ ਨਾ, ਉਹਨਾਂ ਨੇ ਇਸ ਵੱਲ ਬਹੁਤ ਧਿਆਨ ਦੇਣਾ ਚਾਹੀਦਾ, ਕਿਉਂਕਿ ਜ਼ਿਆਦਾਤਰ ਤੁਸੀਂ ਦੇਖੋਗੇ ਨਾ ਇਹ ਉਹਦੇ ਇਰਦ ਗਿਰਦ ਹੀ ਨੇ, ਠੀਕ ਹੈ ਨਾ, ਬਾਹਰ ਹੀ ਉਹਨਾਂ ਦੇ ਬਾਹਰ ਹੀ ਖੜੇ, ਇੱਕ ਅੰਦਰ ਸੁਰੂ ਉਹਦੇ ਬਾਹਰ ਹੀ ਖੜੇ, ਉਹਨਾਂ ਨੂੰ ਇਸ ਵੱਲ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਦੇਣਾ ਚਾਹੀਦਾ। ਇਹ ਮੇਰੀ ਆਪਣੀ ਰਾਏ ਹੈ, ਹੋ ਸਕਦੀ ਹੈ ਗਲਤ ਸਹੀ ਦਾ ਅਲੱਗ ਉਪੇਕਸ਼ਾ ਹੈ, ਪਰ ਮੈਨੂੰ ਲੱਗਦਾ ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ। ਤਾਂ ਪੰਡਿਤ ਜੀ, ਇਸ ਵਾਰ ਸ਼ਿਵਰਾਤਰੀ ਜਿਹੜੀ ਹੈ ਉਹ ਕਿਸ ਤਰ੍ਹਾਂ ਲੋਕ ਮਨਾਉਣ? ਦੇਖੋ ਸ਼ਿਵ ਜਾਤੀ ਦਾ ਪਰਵ ਸਿੱਧਾ ਹੁੰਦਾ, ਸ਼ਿਵ ਤੇ ਪਾਰਵਤੀ ਜੀ ਦਾ ਮਿਲਣ ਦਾ ਪਰਵ ਹੈ ਜੀ, ਠੀਕ ਹੈ ਕਿ ਨਹੀਂ, ਬੜੇ ਹਰਸ਼ੋਲਾਸ ਨਾਲ ਮਨਾਇਆ ਜਾਂਦਾ ਦੀਵਾਲੀ, ਔਰ ਇਹਦੇ ਵਿੱਚ ਬਹੁਤ ਖਾਸ ਖਾਸ ਚੀਜ਼ਾਂ ਕਰ ਸਕਦੇ। ਮੈਂ ਤੁਹਾਡੇ ਮਨ ਤੁਹਾਡੇ ਦਰਸ਼ਕਾਂ ਨੂੰ ਇੱਕ ਬਹੁਤ ਅੱਛਾ ਦੱਸ ਸਕਦਾ ਕਿ ਸ਼ਿਵਰਾਤਰੀ ਦੇ ਕਿਹੜਾ ਉਪਾਅ ਕਰਨਾ, ਕਿੱਦਾਂ ਦਾ ਫਾਇਦਾ ਮਿਲੇਗਾ, ਠੀਕ ਹੈ। ਸ਼ਿਵਰਾਤਰੀ ਵਾਲੇ ਦਿਨ ਦੇਖੋ, ਸਾਰਿਆਂ ਨੂੰ ਪਤਾ ਸ਼ਿਵ ਜੀ ਨੂੰ ਜਲ ਦੁੱਧ ਵਗੈਰਾ ਚੜ੍ਹਦਾ ਹੀ ਹੈ ਜੀ, ਜਲ ਚੜ੍ਹਾਉਣ ਨਾਲ ਮਨੋਕਾਮਨਾ ਪੂਰਤੀ ਦੀ ਨਹੀਂ ਹੁੰਦੀ ਹੈ, ਉਹਨਾਂ ਸ਼ਾਂਤੀ ਮਿਲਦੀ ਹੈ। ਦੁੱਧ ਚੜ੍ਹਾਉਣ ਨਾਲ ਜਿਹੜੀ ਵੀ ਆਪਣੀ ਸਰੀਰਕ ਕਸ਼ਟ ਆਉਂਦੇ ਨੇ, ਹੈ ਕਿ ਉਹਦੇ ਲਈ ਦੁੱਧ ਕਰਾਉਂਦਾ, ਬੰਦਾ ਕਹਿੰਦਾ ਯਾਰ ਮੇਰਾ ਸਭ ਕੁਝ ਅੱਛਾ ਹੈ ਪਰ ਪੈਸੇ ਦੀ ਫਲੋਨੈਸ ਠੀਕ ਨਹੀਂ ਹੈਗੀ, ਕਦੀ ਕਰਜ਼ਾ ਆ ਜਾਂਦਾ ਹੈ, ਕਦੀ ਠੀਕ ਹੈ ਮੈਂ ਮੈਨੇਜ ਨਹੀਂ ਕਰ ਰਿਹਾ। ਹੁਣ ਇਹ ਨਹੀਂ ਕਿ ਮੈਂ ਸ਼ਿਵ ਜੀ ਨੂੰ ਗੰਨੇ ਦਾ ਰਸ ਚੜ੍ਹਾ ਦੇਵਾਂ ਤਾਂ ਲਕਸ਼ਮੀ ਪ੍ਰਾਪਤੀ ਹੋ ਜਾਊਗੀ, ਮੈਂ ਕੰਮ ਨਹੀਂ, ਮੈਂ ਤਾਂ ਘਰੇ। ਲੋਕਾਂ ਨੂੰ ਇਹ ਪਤਾ ਦੁੱਧ ਚੜ੍ਹਾਉਣਾ ਹੈ, ਲੋਕਾਂ ਨੂੰ ਇਹ ਪਤਾ ਬੇਲ ਪੱਤਰੀ ਚੜ੍ਹਾਉਣੀ, ਪਰ ਚੜ੍ਹਾਉਣੀ ਕਿਵੇਂ, ਉਹਦੀ ਵਿਧੀ ਨਹੀਂ ਪਤਾ ਹੈਗੀ। ਦੇਖੋ ਵੈਸੇ ਤਾਂ ਮੈਂ ਪਹਿਲਾਂ ਦੱਸਿਆ ਸ਼ਿਵ ਜੀ ਭੋਲੇ ਭਾਅ ਵਾਲੇ ਬੰਦੇ ਨੇ, ਉਹਨਾਂ ਨੂੰ ਅੱਗੇ ਪਿੱਛੇ ਵੀ ਕਰ ਦੋ ਨਾ, ਸਿਸਟਮੈਟਿਕ ਨਹੀਂ ਵੀ ਕਰੋਗੇ ਤਾਂ ਵੀ ਥੋੜ੍ਹਾ ਬਹੁਤ ਮੈਨੇਜ ਕਰ ਲੈਂਦੇ, ਬਣ ਜਾਂਦੇ ਨੇ। ਹਾਂ, ਪਰ ਫਿਰ ਵੀ ਜਿਹੜਾ ਸਹੀ ਤਰੀਕਾ ਸਹੀ ਹੁੰਦਾ ਹੈ, ਸ਼ਿਵ ਜੀ ਨੂੰ ਸਭ ਤੋਂ ਪਹਿਲਾਂ ਦੇਖੋ ਆਪਾਂ ਨਾ, ਮੈਂ ਫਿਰ ਉਹੀ ਸਿੱਧਾ ਉਦਾਹਰਨ ਦਿੰਦਾ ਕਿ ਆਪਾਂ ਨਹਾਉਂਦੇ ਕਿੰਨਾ, ਜਾਂਦੇ ਹਾਂ ਕੱਪੜੇ ਚੇਂਜ ਕਰਦੇ ਹਾਂ, ਜਲ ਚੜ੍ਹਾਉਂਦੇ ਹਾਂ ਆਪਣੇ ਉੱਪਰ ਬੋਡੀ 'ਤੇ, ਫਿਰ ਸਾਬਣ ਲਾਉਂਦੇ ਹਾਂ, ਠੀਕ ਹੈ ਕਿ ਫਿਰ ਤੌਲੇ ਨਾਲ ਪਹੁੰਚਦੇ ਹਾਂ, ਫਿਰ ਸੇਮ 'ਚ ਸ਼ਿਵ ਜੀ, ਸ਼ਿਵ ਜੀ ਦੇ ਪਹਿਲਾਂ ਜਲ ਚੜ੍ਹਦਾ ਹੈ, ਦੁੱਧ ਚੜ੍ਹਦਾ, ਆਪਣਾ ਬੇਲ ਪੱਤਰੀ ਚੜ੍ਹਾਓ, ਫੁੱਲ ਚੜ੍ਹਾਓ, ਜਿਹੜਾ ਜਿਹੜਾ ਤੁਹਾਡਾ ਆਪਣਾ ਸੰਕਲਪ ਹੈ, ਠੀਕ ਹੈ ਕਿ ਨਹੀਂ, ਉਹ ਪੰਚਾਮ੍ਰਿਤ ਵਗੈਰਾ ਚੜ੍ਹਾ ਸਕਦੇ ਹੋ, ਉਸ ਤੋਂ ਬਾਅਦ ਫਿਰ ਜਲ ਚੜ੍ਹਦਾ, ਉਸ ਤੋਂ ਬਾਅਦ ਇੱਕ ਸਾਫ਼ ਕੱਪੜੇ ਨਾਲ ਉਹਨੂੰ ਸਾਫ਼ ਕੀਤਾ ਜਾਂਦਾ, ਲੋਕ ਜਲ ਚੜ੍ਹਾ ਕੇ ਭੱਜ ਜਾਂਦੇ ਨੇ, ਉਹ ਕਹਿੰਦੇ ਸਾਡੀ ਕਰੋੜਾਂ ਦੀ ਲੋਟਰੀ ਲੱਗ ਜੇ, ਇੱਦਾਂ ਨਹੀਂ ਹੋ ਸਕਦਾ। ਤਾਂ ਪੰਡਿਤ ਜੀ ਇੱਕ ਸਵਾਲ ਮੈਂ ਪੁੱਛਾਂਗਾ, ਕਿਉਂਕਿ ਅਕਸਰ ਦੇਖਿਆ ਜਾਂਦਾ ਜਿਹੜਾ ਅਸੀਂ ਦੁੱਧ ਚੜ੍ਹਾਉਂਦੇ ਹਾਂ ਸ਼ਿਵਲਿੰਗ 'ਤੇ, ਦੁੱਧ ਚੜ੍ਹਾਤਾ, ਦੁੱਧ ਚੜ੍ਹਾਉਣ ਤੋਂ ਬਾਅਦ ਉਹ ਦੁੱਧ ਜਾਂਦਾ ਕਿੱਥੇ, ਨਾਲੀਆਂ ਦੇ ਵਿੱਚ ਬਹਿੰਦਾ, ਕੀ ਲੱਗਦਾ ਹੈ ਕਿ ਹਾਂ ਕੀ ਲੱਗਦਾ ਹੈ ਕਿ ਉਸ ਕਿਤੇ ਉਸਦਾ ਯੂਜ਼ ਕਰਨਾ ਚਾਹੀਦਾ? ਦੇਖੋ ਇਹ ਨਾ ਜਿੰਨਾ ਟੀ ਵੀ ਮੀਡੀਅਮ ਦੇ ਮਾਧਿਅਮ 'ਚ ਬਣਾਇਆ ਗਿਆ ਨਾ ਕਿ ਮੇਰਾ ਚੀਜ਼ ਮੈਂ ਜਿੱਥੇ ਮਰਜ਼ੀ ਚੜ੍ਹਾਵਾਂ, ਸ਼ਿਵ ਜੀ 'ਚ ਦੁੱਧ ਚੜ੍ਹਾ ਸੀ ਕਿਹੜਾ ਸਾਰਾ ਸਾਲ ਚੜ੍ਹਾਉਂਦੇ ਹਾਂ, ਠੀਕ ਹੈ ਕਿ ਨਹੀਂ, ਅਸੀਂ ਸਾਰਾ ਸਾਲ ਚੜ੍ਹਾਈਏ ਸਾਡੇ ਚੀਜ਼, ਗਾਏ ਮਾਤਾ ਨੇ ਰਿਹਾ, ਇਹਦੀ ਬੜੀ ਸਾਰੀ ਕਹਾਣੀਆਂ ਵੀ ਪ੍ਰਚਲਿਤ, ਗਊ ਮਾਤਾ ਸਭ ਤੋਂ ਪਹਿਲਾਂ ਅਰਪਣ ਵੀ ਕਰਦੀ ਹੈ ਬੱਚੇ ਨੇ, ਸ਼ਿਵ ਜੀ 'ਚ ਦੁੱਧ ਚੜ੍ਹਾਉਣਾ ਕਿ ਮੈਂ ਪਹਿਲਾਂ ਵੀ ਸਾਰਿਆਂ ਨੂੰ ਦੱਸਦਾ ਕਿ ਉਹ ਪਾਵਰਫੁਲ ਚੀਜ਼ ਹੈ, ਇੱਕ ਊਰਜਾ ਸਰੋਤ ਹੈ, ਉਹਨੂੰ ਸ਼ਾਂਤ ਕਰਨਾ, ਦੁੱਧ 'ਚ ਤੁਸੀਂ ਇੱਕ ਦੇਖੋਗੇ ਉਹਨੂੰ ਮੈਕਟੋ ਕੈਲਾਮਾਈਨ ਨਾਮ ਦਾ ਇੱਕ ਪਦਾਰਥ ਹੁੰਦਾ ਜਿਹਨੂੰ ਚਿਕਨਾਹਟ ਵੱਲ ਵਰਕ ਰੱਖ ਲਓ, ਉਹ ਸ਼ਿਵ ਜੀ ਨੂੰ ਸ਼ਾਂਤ ਕਰਦਾ ਹੈ, ਉਹ 'ਚ ਚਿਕਨਾਹਟ ਰਹਿੰਦੀ, ਉਹਦੀ ਜਿਹੜੀ ਨੈਗੇਟਿਵ ਊਰਜਾ ਨਾ ਉਹ ਰੁਕਦਾ ਹੈ। ਹੁਣ ਤੁਸੀਂ ਇਸ ਤੋਂ ਬਾਅਦ ਦੂਰ ਦੂਰ ਤੁਸੀਂ ਨਹਾਓ ਨਾ, ਇੱਕ ਦਿਨ ਚਾਰ ਦਿਨ ਪੰਜੋ ਦਿਨ ਤੋਂ ਬਾਅਦ ਤੁਹਾਡੇ ਕੋਲ ਕਿਸੇ ਨੇ ਆਉਣਾ ਨਹੀਂ, ਪ੍ਰੈਕਟੀਕਲ ਜਿਹਾ ਨਾ, ਤੁਸੀਂ ਆਪਣੇ ਆਪ ਨੂੰ ਨਹੀਂ ਪਛਾਣ ਪਾਓਗੇ ਕਿ ਯਾਰ ਮੈਂ ਮੇਰੀ ਕਿੱਦਾਂ ਦੀ ਊਰਜਾ, ਸੇਮ ਉਹ 'ਚ ਸ਼ਿਵਲਿੰਗ 'ਤੇ ਵੀ ਸਥਾਪਿਤ, ਔਰ ਉਹ ਤਾਂ ਊਰਜਾ ਦਾ ਕੇਂਦਰ ਹੈ, ਉਹਨੂੰ ਬਹੁਤ ਜ਼ਿਆਦਾ ਪਾਵਰ ਔਰ ਉਹਦੀ ਲੋੜ ਹੈ, ਉਹਨੂੰ ਦੁੱਧ ਚੜ੍ਹਾਉਣਾ ਬਹੁਤ ਹੀ ਅੱਛੀ ਚੀਜ਼ ਮੰਨੀ ਜਾਂਦੀ ਹੈ, ਠੀਕ ਹੈ ਕਿ ਨਹੀਂ। ਇਹ ਲੋਕਾਂ ਦੀ ਭੇਡ ਚਾਲ 'ਚ ਨਾ ਉਹ ਕਿ ਗਰੀਬ ਨੂੰ ਦਾਨ ਕਰਦੇ, ਜੇ ਦਾਨ ਕਰਦੇ ਉਹਦੇ ਲਈ ਅਲੱਗ ਹੈ, ਭਾਈ ਮੇਰੀ ਚੀਜ਼ ਮੈਂ ਜਿੱਥੇ ਮਰਜ਼ੀ ਕਰਾਂ, ਠੀਕ ਹੈ, ਉਹ 'ਚ ਸਾਰੇ ਗਿਆਨ ਦੇਣ ਆ ਰਹੇ, ਤੁਸੀਂ ਆਹ ਚੀਜ਼ ਨਾ ਕਰੋ, ਉਹ 'ਚ ਕੋਈ ਗਿਆਨ ਨਹੀਂ, ਮੈਂ ਸਾਰਿਆਂ ਨੂੰ ਕਹਿੰਦਾ ਤੁਸੀਂ ਨਸ਼ਾ ਨਾ ਕਰੋ, ਕਿਸੇ ਨੇ ਗਿਆਨ ਨਹੀਂ ਲੈਣਾ। ਤਾਂ ਇਹ ਸਨ ਪੰਡਿਤ ਰੋਹਿਤ ਪਾਂਡੇ ਜੀ, ਗੱਲਬਾਤ ਕੀਤੀ ਸ਼ਿਵਰਾਤਰੀ ਵਾਲੀ, ਤਾਂ ਸ਼ਿਵਰਾਤਰੀ ਦੇ ਵਿੱਚ ਕੀ ਕੁਛ ਗੱਲਾਂ ਦਾ ਧਿਆਨ ਰੱਖਣਾ, ਅਤੇ ਕਈ ਗੱਲਾਂ ਅਜਿਹੀਆਂ ਵੀ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ, ਤਾਂ ਉਸਦਾ ਵੀ ਧਿਆਨ ਰੱਖਣਾ। ਤਾਂ ਸ਼ਿਵਰਾਤਰੀ ਸਭ ਲਈ ਮੰਗਲਮਈ ਹੋਵੇ। ਦਾ ਸਿਟੀ ਹੈਡਲਾਈਨ, ਕੈਮਰਾਮੈਨ ਬਿਪਿਨ ਬਸੀ ਦੇ ਨਾਲ ਦਾ ਸਿਟੀ ਹੈਡਲਾਈਨ, ਜੈ ਕੁਮਾਰ।